ਰਹਿਮਾਨ ਰਹੀਮ ਅਸਲਾਮ ਅਲੈਕੁਮ ਬਰਿਆਮ ਬਿਲ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅਤੇ ਅੱਜ ਦਾ ਵਲੋਗ ਸਟਾਰਟ ਕਰਦੇ ਹਾਂ। ਜੈਸਾ ਕਿ ਤੁਸੀਂ ਦੇਖ ਰਹੇ ਹੋ ਅਸੀਂ ਆਪਣੀ ਦੁਕਾਨ ਦੇ ਅੰਦਰ ਮੌਜੂਦ ਹਾਂ। ਇਹ ਸਾਡੀ ਪਰਸਾਂ ਦੀ ਲੇਡੀਜ਼ ਬੈਗ, ਸਕੂਲ ਬੈਗ, ਕਾਲਜ, ਹਰ ਤਰ੍ਹਾਂ ਦਾ ਜਿਹੜਾ ਨਾ ਰਿਵਾਜ਼ ਮਾਰਟ ਦੇ ਜਾਣ ਤੋਂ ਧਮਸਲ ਦੇ ਵਿੱਚ ਫਿਜੀਕਲ ਸ਼ਾਪ ਹੈ ਅਤੇ ਅਸੀਂ ਅੱਜ ਸਮਾਨ ਥੋੜ੍ਹਾ ਜਿਹਾ ਲੈ ਕੇ ਆਏ ਹਾਂ ਅਤੇ ਮੈਂ ਕਿਹਾ ਵੀਵਰਾਂ ਨਾਲ ਸ਼ੇਅਰ ਕਰਨਾ ਚਾਹੀਦਾ ਅਤੇ ਚੀਜ਼ਾਂ ਅੱਛੀਆਂ ਨੇ। ਅਤੇ ਇਹ ਕਲੱਚ ਨੇ ਜੀ, ਦੂਲਾਂ ਦੇ ਕਲੱਚ ਨਹੀਂ ਤੁਸੀਂ ਦੇਖਦੇ, ਜਿਹੜੇ ਕਲੱਚ ਹੁੰਦੇ ਨੇ ਬੜੇ ਪ੍ਰੋਫੈਸ਼ਨਲ ਵਿਆਹ ਸ਼ਾਦੀ ਦੇ ਦੂਲਾਂ ਵੀ ਲੈਂਦੀਆਂ ਨੇ। ਚੈੱਕ ਕਰੋ ਗੋਲਡਨ ਵਾਹ ਜੀ ਵਾਹ, ਕਿਆ ਬਾਤ ਹੈ। ਦੇਖੋ ਫੜਿਆ ਹੀ ਇਹਦੀ ਇੱਕ ਆਪਣੀ ਵੈਲਿਊ ਹੈ, ਦੇਖੋ ਫੜਿਆ ਬੰਦਾ ਦੂਲਾ ਲੱਗਣ ਲੱਗ ਪੈਂਦਾ, ਅਸੀਂ ਨਹੀਂ ਹੋਏ ਦੂਲਾ, ਠੀਕ ਹੈ। ਇਹ ਦੇਖੋ ਜੀ ਵਾਹ ਜੀ ਵਾਹ, ਕਿਆ ਸੋਹਣੇ ਸੋਹਣੇ ਡਿਜ਼ਾਇਨ ਨੇ ਜੀ, ਠੀਕ ਹੈ। ਹੋਰ ਕੱਢੋ ਜੀ ਹੋਰ ਡਿਜ਼ਾਇਨ ਦੇਖੀਏ, ਉਹਦਾ ਸੱਪ ਚੱਲ ਗਿਆ, ਸਿਲਵਰ ਕਲਰ 'ਚ ਵੀ ਦਿਖਾਉਂਦੇ ਹਾਂ ਸੱਪ ਜੀ। ਅੱਛਾ ਜੀ ਲਓ ਜੀ, ਸਭ ਤੋਂ ਪਹਿਲੇ ਰਿਕੁਐਸਟ ਸਾਡੀ ਇਹ ਹੈ ਕਿ ਸਾਡੇ ਚੈਨਲ 'ਤੇ ਜਿਹੜੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਬੈੱਲ ਆਈਕਨ ਦਬਾ ਲੈਣ ਅਤੇ ਬਾਕੀ ਗੱਲਾਂ ਕਰਨੇ ਆ ਬਾਅਦ 'ਚ ਤੁਹਾਡੇ ਨਾਲ। ਅਤੇ ਵੀਡੀਓ ਸਾਡੀ ਐਂਡ ਤੱਕ ਦੇਖ ਲਓ। ਆਵਾਜ਼ ਆ ਗਈ ਜੀ ਵੇਚੇ ਦੇ ਚੇਨ, ਫੜਨ ਵਾਲੀ ਚੇਨ ਹੈ ਜਿਹੜੀ ਕਿ ਇੱਥੇ ਲੱਗਣੀ ਹੈ ਬਾਅਦ, ਠੀਕ ਹੈ। ਇਹਨੂੰ ਅਸੀਂ ਪੈਕ ਕਰ ਲੈਂਦੇ ਹੁਣ ਇਸ ਤਰ੍ਹਾਂ, ਠੀਕ ਹੈ। ਪਾਓ ਜੀ ਇਹ ਹੈ ਜੀ ਪੋਚ, ਠੀਕ ਹੈ। ਦੋ ਹੋਰ ਵੀ ਇੱਕ ਦੋ, ਇੱਕ ਨਾਲ ਵਾਲਾ ਨਾਲ ਨਾਗ ਸਪੈਸ਼ਲ ਜੀ, ਓਏ ਨਾਗ ਉੱਠੇਗਾ ਤਾਂ ਫਿਰ ਰੁਪਈਏ ਬਾਹਰ ਆਉਣੇ ਨੇ। ਇਹ ਵੇਖ ਲਓ ਦੋ ਤਾਰ ਨਾਗ ਪੈਸਿਆਂ ਦੇ ਬਣ ਰਿਹਾ ਵਾ, ਉਹ ਬਣਾ ਛੜਿਆ ਹੁਣ ਨਾਗ ਮੁੱਛਾ ਜਾਂ ਟੀਕਾ ਨਹੀਂ, ਠੀਕ ਹੈ। ਨਾਗ ਹੋਰ ਮੈਨੂੰ ਫੜਾ ਯਾਰ, ਚਾਰ ਪੰਜ ਫੜਾ, ਮੈਂ ਪਾਹੜੇ ਨਾ ਹੁਣ ਫੜਾ ਦੇ, ਹੋਰ ਫੜਾ ਇਸ ਤਰ੍ਹਾਂ ਅੱਜ ਫੜੇ ਹੋਣ ਪੈਂਦੇ ਨੇ ਤੇ ਕਿਆ ਹੀ ਸ਼ਾਈਨਿੰਗ ਹੈ। ਇੱਕ ਨਹੀਂ ਚਾਰ ਚਾਰ ਲੇਡੀਜ਼ ਨੂੰ ਫੜਨੇ ਚਾਹੀਦੇ ਨੇ, ਕਿਉਂਕਿ ਜਿੱਦਾਂ ਕਹਿ ਆ ਦੋ ਉਧਾਰ ਹੀ ਪੈਣਾ ਇਹਦੇ, ਮੁੱਛੂ ਮੁੱਛੂ ਕਰਕੇ ਲੱਕ ਪੈ ਜਾਂਦਾ, ਠੀਕ ਹੈ। ਜ਼ਿਆਦਾ ਲੈਣੇ ਚਾਹੀਦੇ ਨੇ, ਭੁੱਲਣਾ ਵੀ ਚਾਹੀਦੇ ਨੇ। ਅਤੇ ਅਸੀਂ ਹੁਣ ਇਹ ਫੜ ਕੇ ਤਸਵੀਰ ਨਹੀਂ ਖਿਚਾਉਣ ਲੱਗੇ, ਅਸੀਂ ਹੁਣ ਉਹ ਉੱਥੇ ਸ਼ੀਸ਼ੇ 'ਤੇ ਲਾਉਣੇ ਨੇ, ਠੀਕ ਹੈ। ਉਹ ਦੇਖੋ ਉਹ ਉੱਤੇ ਸ਼ੀਸ਼ਾ ਉੱਥੇ ਲਾਉਣੇ, ਠੀਕ ਹੈ। ਚਲੋ ਜੀ ਲਓ ਜੀ, ਹੋਰ ਵੀ ਅਸੀਂ ਇੱਕ ਵਰਾਇਟੀ ਲਿਆਂਦੀ ਆ ਬਹੁਤ ਅੱਛਾ, ਉਹ ਵੀ ਉਹਦਾ ਵੀ ਪੈਕ ਹੈ, ਠੀਕ ਹੈ। ਕਲੱਚ ਹੱਥ ਵਾਲੇ ਜਿਹੜੇ ਕਲੱਚ ਹੁੰਦੇ, ਠੀਕ ਹੈ, ਹੈ ਨਹੀਂ ਹੱਥ ਵਾਲੇ ਕਲੱਚ, ਇਹਨਾਂ ਦੇ ਉੱਤੇ ਜ਼ਰਾ ਕਵਰਾਂ 'ਚ ਨੇ, ਪਹਿਲੇ ਲਾ ਲਈਏ ਨੂੰ ਫਿਰ ਤੁਹਾਡੀਆਂ ਕਰਨੇ ਆ ਵੀ ਕਿਹੜੇ ਕਿਹੜੇ ਨੇ ਅਤੇ ਕਿਹੜੇ ਹੋਕੀ ਹੋ ਜੂਗੀ, ਆਹ ਜਿਹੜੀਆਂ ਨੇ ਨਾ ਆਉਣ ਵਾਲੀਆਂ ਨੇ, ਦੇਖਿਆ ਕਲੱਚ, ਇਹ ਹੱਥ ਵਾਲਾ ਕਲੱਚ ਆ, ਬੁੜੀਆਂ ਐਂ ਫੜ ਕੇ ਨਹੀਂ ਜਾਂਦੀਆਂ ਮੈਡੀਕਲ ਸਟੋਰ 'ਤੇ ਅਤੇ ਜਨਰਲ ਸਟੋਰ 'ਤੇ, ਠੀਕ ਹੈ ਜੀ। ਉਹ ਕਲੱਚ ਉੱਥੇ ਜਾਂਦੇ, ਇਹ ਫੜ ਕੇ ਬੱਸ 'ਚ ਸਫ਼ਰ ਨਹੀਂ ਹੋ ਸਕਦਾ। ਇੱਥੇ ਰੁਪਈਏ ਪਾਉਣੇ ਨੇ, ਠੀਕ ਹੈ। ਅਤੇ ਇੱਧਰ ਇਹਦੇ ਵਿੱਚ ਵੀ ਠੀਕ ਹੈ।
ਇਹ ਸਾਰੇ ਨੇ ਮੁਖਤਲਿਫ ਕਲਰ ਨੇ, ਮੁਖਤਲਿਫ ਡਿਜ਼ਾਇਨ ਨੇ। ਇੱਕ ਡਿਜ਼ਾਇਨ ਹੋਰ ਤੁਹਾਨੂੰ ਦਿਖਾ ਦਿੰਦੇ ਹਾਂ, ਤੁਹਾਨੂੰ ਚੈੱਕ ਕਰੋ ਜੀ ਇਹ ਡਿਜ਼ਾਇਨ ਚੈੱਕ ਕਰੋ। ਵਾਹ ਕੀ ਹੈ ਲੇਟੈਸਟ ਹੈ ਲਮਕਾ ਵੀ ਸਕਦੇ ਹੋ ਜੀ, ਤਣੀ ਨਾਲ ਨਾਲ ਲਮਕਾ ਸਕਦੇ ਹੋ ਥੱਲੇ ਤੱਕ ਇਹਨੂੰ, ਠੀਕ ਆ। ਇਹਦੇ ਬੜਾ ਵੀ ਆਈ ਪੀ ਕੰਮ ਹੈ ਬਾਈ, ਸਹੀ ਗੱਲ ਆ। ਮੈਂ ਜਿਹੜਾ ਕੋਚ ਇਸਤੇਮਾਲ ਕਰਦਾ ਹੁੰਦਾ ਨਾ, ਮੈਂ ਤੇ ਹੁਣ ਵੀ ਕਰ ਸਕਦਾ ਟਪਿਆਲੇ ਵਾਲੀ ਬਿੱਲੋ ਜਿਹੜੀ ਆ ਉਹਨੂੰ ਮੈਂ ਲੈਣਾ ਚਾਹੀਦਾ। ਦੇਖਿਆ ਵਰਾਇਟੀ ਬਹੁਤ ਅੱਛੀ ਹੈ ਜੀ ਸਾਡੇ ਵੈਬਸਾਈਟ ਦਾ। ਆਨਲਾਈਨ ਵਿਜ਼ਿਟ ਕਰੋ rewajmart.com, ਉੱਥੋਂ ਆ ਤੁਸੀਂ ਆਰਡਰ ਕਰ ਸਕਦੇ ਹੋ। ਹਰ ਆਰਟੀਕਲ ਉੱਥੇ ਮੌਜੂਦ ਆ, ਹਰ ਤਰ੍ਹਾਂ ਦਾ ਬੈਗ, ਲੇਡੀਜ਼ ਬੈਗ, ਕਾਲਜ, ਠੀਕ ਹੈ, rewajmart.com। ਇਹ ਆਪਣੀ ਡਿਸਕ੍ਰਿਪਸ਼ਨ 'ਚ ਵੀ ਵੈਬਸਾਈਟ ਦਾ ਲਿੰਕ ਦੇ ਦਾਂਗੇ, ਤੁਸੀਂ ਲਿੰਕ 'ਤੇ ਕਲਿੱਕ ਕਰਕੇ ਉੱਥੋਂ ਆਰਡਰ ਕਰ ਸਕਦੇ ਹੋ। ਹਰ ਤਰ੍ਹਾਂ ਦਾ ਪੋਚ, ਦੁਲਨ ਦਾ ਬੈਗ, ਟਰੈਵਲ ਬੈਗ ਅਤੇ ਪਰਸ, ਲੇਡੀਜ਼ ਬੈਗ, ਸਫਰੀ ਬੈਗ, ਠੀਕ ਹੈ, ਟੂਰਿਸਟ ਬੈਗ, ਹਰ ਤਰ੍ਹਾਂ ਦੀ ਚੀਜ਼ ਜਿਹੜੀ ਤੁਹਾਨੂੰ ਆਨਲਾਈਨ ਵੈਬਸਾਈਟ 'ਤੇ rewajmart 'ਤੇ ਮਿਲ ਜਾਏਗੀ, ਠੀਕ ਆ, ਲਿੰਕ ਡਿਸਕ੍ਰਿਪਸ਼ਨ 'ਚ, ਠੀਕ ਹੈ। ਇਹ ਰੈੱਡ ਕਲਰ ਦਾ ਵੀ ਹੈ ਜੀ, ਲਓ ਜੀ ਸਮਾਨ ਕਾਫੀ ਹੈ ਜੀ, ਅਤੇ ਅਸੀਂ ਡਿਸਪਲੇ 'ਤੇ ਸਾਰਾ ਰੱਖ ਕੇ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ, ਬਾਕੀ ਸਮਾਨ ਕਾਫੀ ਲੈ ਗਿਆ। ਹੁਣ ਅਸੀਂ ਸਮਾਨ ਲਾ ਲਈਏ ਉੱਥੇ ਸ਼ੀਸ਼ੇ 'ਤੇ, ਠੀਕ ਹੈ, ਤੁਸੀਂ ਰਹਿਣਾ ਸਾਡੇ ਨਾਲ ਨਾਲ ਅਤੇ ਡਿਸਪਲੇ 'ਤੇ ਲਾਉਣ ਲੱਗੇ। ਜੈਸਾ ਕਿ ਦੇਖਿਆ ਤੁਸੀਂ ਸ਼ੋ ਕੇਸ ਕੈਸਾ ਬਣਾਇਆ ਰਹੇ, ਜ਼ਬਰਦਸਤ ਉੱਤੇ ਲੈਦਰ ਦੇ ਲੱਗੇ ਜਿਹੜੇ ਆਰਟੀਕਲ, ਅਤੇ ਹੁਣ ਪੋਚ ਜਿਹੜੇ ਅਸੀਂ ਲੈ ਕੇ ਆਏ ਹਨ ਇਹ ਹੁਣ ਅਸੀਂ ਲਾਉਣ ਲੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੇਰੀ ਹੈਲਪ ਕਰਾਂਗੇ ਅਤੇ ਜਾਣਾ ਪੈਣਾ ਕੋਈ ਆ ਫਿਰ ਜਾਂਦੀ ਹੈ ਤੇ ਬੰਦਾ ਡਰਨ ਦਿਆ ਲਾਉਣ ਵਾਲਾ ਦੂਸਰਾ ਇਸਤੇਮਾਲ ਕਰ ਲੈਂਦਾ ਇਹਦੇ ਤੇ ਪਿੰਡੀ ਇਸਲਾਮਾਬਾਦ ਪਿਛੋਰ ਲਿਖਿਆ ਉਹ ਵੇਖਿਆ ਬੱਚਿਆਂ ਵਾਲੀ ਸੀਟ ਕੱਪੜਾ ਦਿਓ ਜੀ ਸ਼ੋ ਕੇਸ ਲਵਾਇਆ ਸੀ ਨਾ ਜੀ, ਤੇ ਉਹਦੇ ਸ਼ਰਾਬ ਪੀਤੇ ਆ ਤੇ ਉਹਦੇ ਨਾਲ ਘੱਟਾ ਥੋੜਾ ਜਿਹਾ ਜਮਾ ਜ਼ਬਰਦਸਤ
ਤੇਲਾ ਰੋਟੀ ਵੀ ਲਾ ਦੋ ਨਾ ਲਿਆ ਡਿੱਗ ਪੈਣੇ ਨੇ ਜੀ ਖੋਲਿਆ ਫਿਰ ਲਓ ਜੀ ਇਹ ਸ਼ੋਕੇਸ ਲਾਤਾ ਜੇ ਵੀਡੀਓ 'ਚ ਕਮੈਂਟ ਕਰਕੇ ਦੱਸੋ ਕਿ ਕੈਸਾ ਲੱਗਾ ਸਹੀ ਲਾਇਆ ਜੇ ਸਹੀ ਨਹੀਂ ਲੱਗਾ ਤਾਂ ਸਾਨੂੰ ਇਹ ਵੀ ਮੈਨਸ਼ਨ ਕਰਿਓ ਕਿ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਲੱਗਣੀ ਆਪਣੇ ਮੁਤਾਬਕ ਤਾਂ ਅਸੀਂ ਸਹੀ ਲਾਇਆ ਜੀ ਠੀਕ ਹੈ ਅਤੇ ਇਹ ਥੱਲੇ ਲੱਗ ਗਿਆ ਕੋਈ ਗੱਲ ਨਹੀਂ ਮੈਚਿੰਗ ਹੋ ਜਾਏਗਾ ਥੋੜ੍ਹਾ ਬਹੁਤਾ ਬਾਕੀ ਹੁਣ ਉਹ ਉੱਧਰ ਬਾਕੀ ਜਿਹੜਾ ਮਾਲ ਆ ਉਹਨਾਂ 'ਤੇ ਪ੍ਰਾਈਸਾਂ ਲਿਖਣ ਵਾਲੀਆਂ ਅਤੇ ਉਹ ਵੀ ਲਾਵਾਂਗੇ ਉਹ ਬਾਅਦ ਦਾ ਕੰਮ ਹੈ ਠੀਕ ਹੈ ਤੁਸੀਂ ਦੇਖਿਆ ਕਿ ਆਪਣਾ ਸ਼ੌਕ ਇਸ ਕਿਸ ਤਰ੍ਹਾਂ ਅਸੀਂ ਸਜਾ ਲਿਆ ਠੀਕ ਹੈ ਡੈਕੋਰੇਸ਼ਨ ਬਣਾ ਲਈ ਅਤੇ ਬਹੁਤ ਅੱਛਾ ਜਿਹਾ ਆਰਟੀਕਲ ਆਇਆ ਸੀ ਆ ਪੋਚਿਆਂ ਦਾ ਅਸੀਂ ਕਿਹਾ ਵੀ ਆਪਣੇ ਵੀਵਰਾਂ ਨਾਲ ਸ਼ੇਅਰ ਕਰੀਏ ਅਤੇ ਉਮੀਦ ਹੈ ਕਿ ਤੁਹਾਨੂੰ ਸਾਡਾ ਆਇਆ ਸ਼ੇਅਰ ਕਰਨਾ ਪਸੰਦ ਆਇਆ ਹੋਏਗਾ ਠੀਕ ਹੈ ਕੁਛ ਕਰ ਮਾਲ ਹਜੇ ਲਾਉਣ ਵਾਲਾ ਕੱਲ੍ਹ ਭਾਈ ਦੇ ਹਲੋਰ ਅਤੇ ਮਾਲ ਲੈ ਕੇ ਆਏ ਨੇ ਅਤੇ ਅੱਜ ਅਸੀਂ ਸੋਚਿਆ ਕਿ ਸੈਟਿੰਗ ਕਰਨੀ ਹੈ ਥੋੜ੍ਹੀ ਜਿਹੀ ਦੁਕਾਨ ਦੀ ਚੀਜ਼ਾਂ ਲਾਈਏ ਆਪਣੀ ਆਪਣੀ ਜਗ੍ਹਾ ਅਤੇ ਆਪਣੇ ਵੀਵਰਾਂ ਨੂੰ ਵੀ ਦਿਖਾਈਏ ਸਾਰੀ ਬਾਤ ਅਸੀਂ ਫਿਰ ਹਰ ਚੀਜ਼ ਸ਼ੇਅਰ ਕਰਨੀ ਹੁੰਦੀ ਹੈ ਜਿਹੜੀ ਸਾਡੀ ਰੋਜ਼ ਦਾ ਮਾਮੂਲ ਹੁੰਦਾ ਡੇਲੀ ਦੀ ਰੂਟੀਨ ਹੁੰਦੀ ਹੈ ਅਤੇ ਅੱਜ ਅਸੀਂ ਇਹ ਕਰ ਰਹੇ ਹਾਂ ਮਾਲ ਲਾ ਰਹੇ ਹਾਂ ਅਤੇ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਅਤੇ ਵੀਡੀਓ ਅੱਛੀ ਲੱਗੇ ਸਾਡੇ ਚੈਨਲ ਨੂੰ ਸਪੋਰਟ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਸਾਡੀ ਵੀਡੀਓ ਨੂੰ ਅਤੇ ਅਗਲੀ ਵੀਡੀਓ ਵਾਸਤੇ ਸਾਨੂੰ ਇਜਾਜ਼ਤ ਦਿਓ ਜੀ ਬਹੁਤ ਸ਼ੁਕਰੀਆ ਜੀ ਅੱਲਾ ਹਾਫਿਜ਼।